ਮਾਨਸਾ ਦੀ ਧੀ ਨੇ ਫਿਰ ਜਿਹੜਾ ਬਾਜੀ ਮਾਰੀ ਆ ਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਗਾ। ਪਹਿਲਾਂ ਵੀ ਪੰਜਵੀਂ ਜਮਾਤ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ, ਅੱਠਵੀਂ ਦੀ ਜਾਂ ਬਾਰਵੀਂ ਜਮਾਤ ਦੇ, ਮਾਨਸਾ ਜ਼ਿਲ੍ਹੇ ਦੀਆਂ ਬੇਟੀਆਂ ਵੱਲੋਂ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਗਿਆ ਤੇ ਅੱਜ ਇਸੇ ਤਰ੍ਹਾਂ ਪਿੰਡ ਮੰਡਾਲੀ ਦੇ ਸਰਕਾਰੀ ਹਾਈ ਸਕੂਲ ਦੀ ਬੇਟੀ ਵੱਲੋਂ ਪੰਜਾਬ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਤੇ ਅੱਜ ਫਿਰ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਜਿਹੜਾ ਤਸਵੀਰ ਦਿਖਾਵਾਂਗੇ ਪਹਿਲਾਂ ਤਾਂ ਸਕੂਲ ਦੀ ਆ, ਬੇਟੀ ਨੂੰ ਜਿਹੜੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇਗੀਆਂ, ਵਧਾਈ ਬੁਢਲਾਡਾ ਪਹੁੰਚਿਆ ਤੇ ਹੋਰ ਨਾਲ ਸਕੂਲ ਸਟਾਫ ਤੇ ਪਿੰਡ ਵਾਸੀ ਜਿਹੜੇ ਹਾਜ਼ਰ ਹੋਏ ਨੇਗੇ ਤੇ ਗੱਲ ਕਰਾਂਗੇ ਅਸੀਂ ਬੇਟੀ ਦੇ ਨਾਲ। ਬੇਟਾ ਪਹਿਲਾਂ ਤਾਂ ਤੁਹਾਨੂੰ ਵਧਾਈਆਂ, ਕੀ ਕਹੋਗੇ ਅੱਜ, ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ, ਮਿਹਨਤ ਦਾ ਮੁੱਲ ਮੁੜਿਆ? ਬਹੁਤ ਖੁਸ਼ੀ ਹੋ ਰਹੀ ਹੈ ਟੀਚਰਾਂ ਦਾ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਕੇ, ਤੇ ਇਹੀ ਮੇਰਾ ਸੁਪਨਾ ਸੀ ਮੈਂ ਨਾਮ ਰੋਸ਼ਨ ਕਰਾਂਗੀ। ਜਿਹੜਾ ਅੱਜ ਮੁਕਾਮ ਹਾਸਲ ਕੀਤਾ ਗਾ, ਇਹਦੇ ਲਈ ਕੋਈ ਟਿਊਸ਼ਨ ਤੇ ਵੀ ਜਾਂਦੇ ਰਹੇ ਹੋ ਜਾਂ ਘਰੀ ਪੜ੍ਹਾਈ ਕੀਤੀ ਆ? ਘਰੀ ਪੜ੍ਹੀ, ਬਸ ਟਾਈਮ ਟੇਬਲ ਦੇ ਅਕੋਰਡਿੰਗ ਹੀ ਸਵੇਰੇ ਤੋਂ ਸ਼ਾਮ ਤੱਕ ਪੜ੍ਹਾਈ ਕਰਦੇ ਸੀ। ਏਮ ਕੀ ਆ ਤੁਹਾਡਾ? ਆਈਪੀਐਸ। ਬਾਕੀ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ, ਜਿਹੜੇ ਮਾਪੇ ਬੋਝ ਸਮਝਦੇ ਆ ਬੇਟੀਆਂ ਨੂੰ ਜਾਂ ਉਹਨਾਂ ਦੇ ਮਾਂ ਬਾਪ ਨੂੰ? ਬੋਝ ਨਹੀਂ ਸਮਝਣਾ ਚਾਹੀਦਾ ਕਿਉਂਕਿ ਹਰੇਕ ਖੇਤਰ 'ਚ ਕੁੜੀਆਂ ਅੱਗੇ ਨੇ, ਪੰਜਵੀਂ ਅੱਠਵੀਂ ਦਸਵੀਂ ਬਾਰਵੀਂ ਰਿਜ਼ਲਟ 'ਚ। ਹਾਂਜੀ, ਕੀ ਨਾਮ ਹੈ? ਗੁਰਪ੍ਰੀਤ ਕੌਰ। ਕਿੰਨੇ ਬੱਚੇ ਨੇ ਗੇ ਪਰਿਵਾਰ 'ਚ, ਅੱਜ ਬੇਟੀ ਨੇ ਨਾਮ ਰੋਸ਼ਨ ਤੁਹਾਡਾ ਕਰਤਾ, ਕੀ ਮਹਿਸੂਸ ਹੋ ਰਿਹਾ ਅੱਜ? ਬਹੁਤ ਬਹੁਤ ਵਧਾਈ ਜੀ ਆਪ ਸਭ ਨੂੰ ਵੀ ਤੇ ਇਹਨਾਂ ਦੇ ਟੀਚਰਾਂ ਨੂੰ, ਸਾਹਿਬਾਨਾਂ ਨੂੰ ਵੀ। ਮੈਨੂੰ ਬਹੁਤ ਖੁਸ਼ੀ ਹੋ ਜੀ ਵੀ ਸਾਡੀ ਗੁੜੀਆਂ ਨੇ ਸਾਡਾ ਨਾਮ ਰੋਸ਼ਨ ਕਰਿਆ, ਟੀਚਰਾਂ ਦਾ ਵੀ ਕਰਿਆ। ਮੈਂ ਅੱਗੇ ਇਹੀ ਕਹਿੰਦੀ ਹਾਂ ਵੀ ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਜੀ, ਉਹਨਾਂ ਨੂੰ ਵੀ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ। ਬਹੁਤ ਲੋਕ ਨੇ ਜਿਹੜੇ ਬੇਟੀਆਂ ਨੂੰ ਬਹੁਤ ਸਮਝਦੇ ਆ, ਤੂੰ ਦੋ ਬੇਟੀਆਂ ਨੇ, ਤੁਹਾਨੂੰ ਵੀ ਕਿਸੇ ਨੇ ਕਿਤੇ ਤਾਨੇ ਮਾਰੇ ਹੋਣਗੇ ਵੀ ਦੋ ਬੇਟੀਆਂ ਹੋ ਗਈਆਂ ਜਾਂ ਹੋਰ? ਨਹੀਂ ਜੀ, ਮੈਨੂੰ ਕਿਸੇ ਨੇ ਨਹੀਂ ਕਿਹਾ ਜੀ, ਕਲਪਾ ਗੱਲ ਦੀ ਮੈਨੂੰ ਬਹੁਤ ਮਾਣ ਹੈ ਜੀ। ਇਹ ਪਹਿਲੇ ਦਿਨ ਬਹੁਤ ਵਧੀਆ ਪੜ੍ਹਦੀ ਆ, ਹਰੇਕ ਪੁਜੀਸ਼ਨ 'ਚ ਜੀ ਫਸਟ ਹੀ ਆਈ ਹੈ ਜੀ। ਮੈਂ ਇਹਨਾਂ ਦਾ ਕਦੇ ਵੀ ਬੋਝ ਨਹੀਂ ਸਮਝਿਆ ਜੀ, ਇਹ ਘਰੇ ਬੈਠ ਕੇ ਪੜ੍ਹਦੇ ਜੀ ਨੇ, ਕੋਈ ਟਿਊਸ਼ਨ ਨਹੀਂ ਰੱਖਿਆ ਜੀ। ਹਾਂਜੀ, ਕੀ ਨਾਮ ਹੈ? ਸੁਖਵਿੰਦਰ ਸਿੰਘ ਜੀ। ਕੀ ਕੰਮ ਕਰਦੇ ਜੀ? ਖੇਤੀਬਾੜੀ ਕਰਦੇ ਜੀ। ਖੇਤੀਬਾੜੀ ਕਰਨ ਵਾਲੇ ਇੱਕ ਪਰਿਵਾਰ ਦੇ ਵਿੱਚੋਂ ਇੱਕ ਧੀ ਨੇ ਅੱਜ ਨਾਮ ਰੋਸ਼ਨ ਕੀਤਾ, ਮੈਨੂੰ ਬਹੁਤ ਖੁਸ਼ੀ ਹੈ ਜੀ ਇਹ ਗੱਲ ਦੀ, ਸਾਡੀ ਗੁੜੀਆ ਪਹਿਲੇ ਨੰਬਰ 'ਤੇ ਆਈ ਹੈ। ਕੀ ਏਮ ਆ ਬੇਟੀ ਨੂੰ? ਆਈਪੀਐਸ ਬਣਨਾ ਜੀ, ਅਸੀਂ ਪੜ੍ਹਾਵਾਂਗੇ ਜੀ, ਪੂਰੀ ਮਿਹਨਤ ਕਰਾਂਗੇ ਜਿਹੜੇ ਕਰਾਂਗੇ। ਸਰਕਾਰ ਤੋਂ ਕੀ ਮੰਗਣ ਲੱਗ ਪੈਣਾ? ਸਰਕਾਰ ਤੋਂ ਮੰਗੇ ਇਹ ਹੀ ਬਸ, ਜਿਵੇਂ ਕੋਈ ਸਕੂਲਾਂ 'ਚ ਪੜ੍ਹਾਉਂਦੇ ਨੇ ਸਾਡਾ ਬੱਚਾ ਪੜ੍ਹਿਆ ਸਟਾਫ ਦੀ ਮਿਹਨਤ ਨਾਲ ਪੜ੍ਹਿਆ ਤੇ ਸਾਥ ਦਿੱਤਾ ਜਾਵੇ ਇਸ ਚੀਜ਼ ਦਾ। ਤੇ ਕਿਸ ਤਰ੍ਹਾਂ ਬੇਟੀ ਪੜ੍ਹਦੀ ਸੀ, ਕਿੰਨਾ ਕੁ ਜਿਹੜਾ ਸਮਾਂ ਪੜ੍ਹਦੀ ਰਹੀ ਹੈਗੀ? ਨਹੀਂ, ਬਹੁਤ ਪੜ੍ਹਦੀ ਸੀ ਜੀ, ਸਵੇਰੇ ਹਲੇ ਆਪ ਉੱਠੇ ਨਾ ਹੁੰਦੇ ਜੀ, ਸਾਡੇ ਉੱਠੇ ਤੋਂ ਪਹਿਲਾਂ ਪੜ੍ਹੀ ਜਾਂਦੀ ਹੁੰਦੀ, ਸ਼ਾਮ ਨੂੰ ਆਪ ਪੈ ਜਾਣਾ, ਇਹ ਜਾਗਦੀ ਪਈ ਹੁੰਦੀ ਸਾਡੀ, ਬਹੁਤ ਪੜ੍ਹੀ ਹੈ ਜੀ। ਅਤੇ ਟੀਚਰਾਂ ਨੇ ਬਹੁਤ ਵਧੀਆ ਸਾਥ ਦਿੱਤਾ ਹੈ, ਅਤੇ ਕੋਈ ਇਹੋ ਜਿਹੀ ਗੱਲ ਨਹੀਂ ਜੀ, ਸਾਰਾ ਬਹੁਤ ਵਧੀਆ ਸਹਿਯੋਗ ਨਾਲ ਪੜ੍ਹਾਈ ਦਿੱਤੀ ਜੀ। ਦੇਖਿਆ ਗਾ ਮਾਨਸਾ ਜ਼ਿਲ੍ਹੇ ਦੀਆਂ ਧੀਆਂ ਨੇ ਇੱਕ ਵੱਡੀ ਉਡਾਨ ਭਰੀ ਹੈਗੀ, ਹੈ ਨਾ, ਦਸਵੀਂ ਦੇ ਨਤੀਜੇ ਹੋਣ ਚਾਹੇ ਅੱਜ ਬਾਰਵੀਂ ਦੇ ਜਾਂ ਪੰਜਵੀਂ ਦੇ ਜਾਂ ਅੱਠਵੀਂ ਦੇ, ਤਾਂ ਮਾਨਸਾ ਜ਼ਿਲ੍ਹੇ ਦੀਆਂ ਧੀਆਂ ਨੇ ਨਾਮ ਰੋਸ਼ਨ ਕੀਤਾ, ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਹਾਲੇ ਵੀ ਲੜਕਿਆਂ ਨੂੰ ਬਹੁਤ ਸਮਝਦੇ ਨੇ? ਨਹੀਂ, ਇਸ 'ਤੇ ਇਹੀ ਮੈਸੇਜ ਦੇਣਾ ਚਾਹੁੰਦੇ ਜੀ, ਮੁੰਡੇ ਕੁੜੀ 'ਚ ਕੋਈ ਫਰਕ ਨਾ ਸਮਝਣ, ਸਾਡੇ ਆਪਦੇ ਦੋ ਬੇਟੀਆਂ ਨੇ, ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਸਾਡੇ ਲੜਕਾ ਨਹੀਂ ਹੈਗਾ, ਸਾਡੇ ਵਾਸਤੇ ਇਹੀ ਸਾਰਾ ਕੁਛ ਨਹੀਂ, ਅਤੇ ਸਾਥ ਦੇਣ ਜੀ ਕੁੜੀਆਂ ਦਾ ਤਾਂ ਅੱਗੇ ਆਉਣੀ ਹੈ ਜੀ। ਕੀ ਕਹੋਗੇ ਜੀ ਸਰਕਾਰ ਵੱਲੋਂ ਕੋਈ ਬੇਟੀ ਦੀ ਮਦਦ ਦੇ ਲਈ ਆਈਪੀਐਸ ਬਣਨ ਦਾ ਜਿਹੜਾ ਉਡਾਨ ਭਰਨਾ ਚਾਹੁੰਦੀ ਹੈ ਸਰਕਾਰ? ਦੇਖੋ, ਸਰਕਾਰ ਨੇ ਮਾਹੌਲ ਦੇਣਾ ਹੁੰਦਾ ਜੀ, ਸਾਨੂੰ ਬੜੀ ਮਾਹੌਲ ਦੀ ਹੈ, ਜੇ ਤੁਸੀਂ ਸਕੂਲ ਦੇ ਵਿੱਚ ਮਾਹੌਲ ਵਧੀਆ ਸੀ, ਘਰ ਦੇ ਵਿੱਚ ਵਧੀਆ ਮਾਹੌਲ ਸੀ, ਤਾਂ ਬੇਟੀ ਨੇ ਮਤਲਬ ਪੁਜੀਸ਼ਨ ਪ੍ਰਾਪਤ ਕੀਤੀ ਹੈ। ਸੋ ਇਸ ਕਰਕੇ ਸਰਕਾਰ ਵੱਲੋਂ ਮੇਰਾ ਖਿਆਲ ਹੈ ਕੋਈ ਇਹੀ ਜੀ ਕੋਈ ਘਾਟ ਨਹੀਂ ਰੱਖੀ ਜਾਊਗੀ, ਜਿਹੜੇ ਬੱਚੇ ਟੋਪਰ ਬੱਚੇ ਨੇ ਵੀ ਉਹਨਾਂ ਨੂੰ ਉਹਦੇ ਮੰਜ਼ਿਲਾਂ 'ਤੇ ਪਹੁੰਚਣ ਵਾਸਤੇ ਉਹਨਾਂ ਦੀ ਕੋਈ ਰੁਕਾਵਟ ਬਣ ਸਕੀ। ਭਗਵੰਤ ਮਾਨ ਜੀ ਖੁਦ ਆਪ ਕਲੀ ਕਲੀ ਗੱਲ ਦੇ ਉੱਤੇ ਐਜੂਕੇਸ਼ਨ ਮਸਲੇ 'ਤੇ ਡਿਸਕਸ ਕਰਦੇ ਆ, ਉਹ ਇਹਨਾਂ ਨੂੰ ਬੁਲਾਉਣਗੇ, ਲਾਜ਼ਮੀ ਉੱਥੇ ਆਪਦੇ ਘਰ ਬੁਲਾਉਣਗੇ, ਬੰਬੇ ਗਏ ਹੋਏ ਸੀਗੇ, ਅਤੇ ਉਹਨਾਂ ਨੂੰ ਬੜੀ ਖੁਸ਼ੀ ਹੋਊਗੀ ਜਦੋਂ ਇਹਨਾਂ ਬੱਚਿਆਂ ਨਾਲ ਗੱਲਬਾਤ ਹੋਰ ਕਰਨਗੇ। MLA ਸਾਹਿਬ, ਬਹੁਤ ਪੰਜਾਬ ਦੇ ਵਿੱਚ ਨੌਜਵਾਨ ਹੋਣ ਚਾਹੇ ਧੀਆਂ ਹੋਣ ਐਸੇ ਨੇ ਕਿ ਜਿਹਨਾਂ ਦੇ ਵਿੱਚ ਬਹੁਤ ਹੁਨਰ ਆ, ਚਾਹੇ ਖੇਡਾਂ ਦੀ ਗੱਲ ਹੋਵੇ ਚਾਹੇ ਵਿੱਦਿਆ ਦੀ, ਤਾਂ ਕਈ ਘਰ ਦੇ ਹਾਲਾਤਾਂ ਕਰਕੇ ਜਿਹੜੇ ਪਛੜ ਜਾਂਦੇ ਆ, ਉਹਨਾਂ ਲਈ ਸਰਕਾਰ ਕੋਈ ਵੀ ਅੱਜ ਤੱਕ ਬਾਂਹ ਫੜਨ ਨੂੰ ਤਿਆਰ ਨਹੀਂ ਹੋਈ, ਅਕਾਲੀ ਦਲ ਵੀ ਆ ਗਿਆ ਇੱਥੇ, ਕਾਂਗਰਸ ਵੀ ਆਈ, ਹੁਣ ਤੁਹਾਡੀ ਸਰਕਾਰ ਆਈ ਆ, ਕੋਈ ਇਹਨਾਂ ਲਈ ਕੋਈ ਨਹੀਂ ਕੋਈ ਨੀਤੀ ਲਿਆਈ? ਨਹੀਂ, ਬਿਲਕੁਲ, ਦੇਖੋ ਬੱਚੇ ਮਸਤੀ 'ਚ ਰਿਲੇਟਡ ਹੁੰਦੇ ਆ, ਅਸੀਂ ਸਕੂਲ ਦੇ ਵਿੱਚ ਪਤਾ ਗੱਲ ਕੀ ਹੁੰਦੀ ਹੈ, ਕੋਈ ਵੀ ਸਰਕਾਰ ਵੀ ਨਹੀਂ ਹੁੰਦੀ ਨਾ, ਬੱਚਿਆਂ ਨੇ ਅਸੀਂ ਟੀਚਰਾਂ ਨੇ ਵੇਖਣਾ ਹੁੰਦਾ ਵੀ ਬੱਚੇ 'ਚ ਕਿਹੜਾ ਟੈਲੈਂਟ ਹੈ, ਜੇ ਬੱਚੇ 'ਚ ਖੇਡ ਦਾ ਟੈਲੈਂਟ ਹੈ, ਉਹਨੂੰ ਕੁੱਦਣ ਦਾ ਟੈਲੈਂਟ ਹੈ, ਨਾਚ ਗਾਣੇ ਦਾ ਟੈਲੈਂਟ ਹੈ, ਉਹਦਾ ਗਲਾ ਅੱਛਾ ਹੈ, ਉਹਨੂੰ ਪੜ੍ਹਾਈ ਦਾ ਸ਼ੌਂਕ ਹੈ, ਉਸਨੂੰ ਮਤਲਬ ਕੋਈ ਮੈਡੀਕਲ ਨੋਨ ਮੈਡੀਕਲ ਦੇ ਵੀ ਸ਼ੌਂਕ ਹੈ, ਕਮਰਸ ਗਰੁੱਪ ਦੇ ਵਿੱਚ ਕੀ ਹੁੰਦਾ,
ਤਾਂ ਟੀਚਰਾਂ ਨੂੰ ਸਾਰਾ ਪਤਾ ਹੁੰਦਾ ਵੀ ਬੱਚਾ ਟੈਲੈਂਟ ਕਿਸ ਕਿਸਮ ਦਾ, ਔਰ ਉਸ ਟੈਲੈਂਟ ਦੇ ਮੁਤਾਬਕ ਜੇਕਰ ਅਸੀਂ ਉਹਨੂੰ ਭਰ ਦਈਏ ਤਾਂ ਉਹਦੀ ਪੁਜੀਸ਼ਨ ਆ ਜਾਂਦੀ ਹੈ। ਕਈ ਵਾਰੀ ਅਸੀਂ ਉਹਦੇ ਅਸੀਂ ਆਪਣੇ ਮਾਪੇ ਕਈ ਵਾਰੀ ਆਪਣੀ ਅਸੀਂ ਜਿੱਦ ਪਕਾਉਂਦੇ ਹਾਂ ਵੀ ਮੇਰਾ ਬੱਚਾ ਡਾਕਟਰ ਬਣਨਾ ਚਾਹੀਦਾ, ਬੱਚਾ ਡਾਕਟਰ, ਬੱਚਾ IPS ਬਣਨਾ ਚਾਹੁੰਦਾ, ਅਸੀਂ ਡਾਕਟਰ ਕਾਹਦੇ ਵਾਸਤੇ ਬਣਾਉਣਾ। ਤਾਂ ਜੋ ਬੱਚੇ ਦੇ ਵਿੱਚ ਐਟੀਚਿਊਡ ਹੁੰਦਾ, ਐਪਟੀਚਿਊਡ ਹੁੰਦਾ, ਉਹਦੇ ਮੁਤਾਬਕ ਜੇਕਰ ਅਸੀਂ ਪੜ੍ਹਾਈ ਮਾਹੌਲ ਪੈਦਾ ਦਈਏ, ਭਾਵੇਂ ਟੀਚਰ ਹੋਣ ਭਾਵੇਂ ਘਰ ਹੋਣ, ਤਾਂ ਬੱਚਾ ਲਾਜ਼ਮੀ ਰਾਈਜ ਕਰਦਾ। ਇਹ ਗੱਲ ਮਾਣੀ ਰੱਖਦਾ ਵੀ ਤੁਹਾਡੇ ਕੋਲ ਪੈਸੇ ਕਿੰਨੇ ਆ। ਹੁਣ ਦੇਖੋ ਅਸੀਂ ਸਧਾਰਨ ਘਰ ਦੇ ਬੰਦੇ ਨੇ, ਬੱਚੇ ਨੇ, ਪਿਛਲੇ ਘਰ ਜਿਹੜੇ ਬੁਲਾਡੇ ਕੁੜੀਆਂ 8ਵੀਂ ਜਿਹੜੇ ਨੇ ਉਹ ਆਮ ਅਦਾਲਤ ਵਰਗੀਆਂ ਕੁੜੀਆਂ ਸੀਗੀਆਂ। ਸੋ ਇਸ ਕਰਕੇ ਜੇ ਇਹ ਸਰਕਾਰ ਨੇ ਇੱਕ ਮਾਹੌਲ ਪੈਦਾ ਕੀਤਾ ਵੀ ਇੱਥੇ ਪੈਸਾ ਮਾਣੇ ਨਹੀਂ ਰੱਖਦਾ, ਟੈਲੈਂਟ ਮਾਣੇ ਰੱਖਦਾ, ਅੱਜ ਤੁਹਾਡੇ ਸਾਹਮਣੇ ਹੀ ਹੈ। ਤੁਸੀਂ ਟੈਲੈਂਟ ਦੀ ਗੱਲ ਕੀਤੀ ਆ, ਬਹੁਤ ਟੈਲੈਂਟ ਐਸੇ ਹੁੰਦੇ ਆ ਜਿਹੜੇ ਵੱਡੇ ਮੁਕਾਮ ਵੀ ਹਾਸਲ ਕੀਤੇ ਆ, ਖਿਡਾਰੀਆਂ ਨੇ, ਉਹਨਾਂ ਦੇ ਇਕੱਲੇ ਮੈਡਲ ਰਹਿ ਜਾਂਦੇ, ਆਪਾਂ ਦੇਖਿਆ ਸੋਸ਼ਲ ਮੀਡੀਆ 'ਤੇ ਜਾਂ ਹੋਰ ਉਹ ਚੱਲਦੇ, ਉਹਨਾਂ ਦੀ ਕੋਈ ਬਾਂਹ ਨਹੀਂ ਫੜਨ ਨੂੰ ਤਿਆਰ। ਹਾਂ ਦੇਖੋ, ਮਾੜੀ ਗੱਲ ਹੈ, ਅੱਜ ਦੇਖੋ ਆਪਾਂ ਜੇ ਮੈਂ ਵੈਸੇ ਵਰਤਣਾ ਚਾਹੁੰਦਾ ਸੀ ਗੱਲ ਇਹ, ਹੁਣ ਜਿਹਨਾਂ ਬੱਚਿਆਂ ਨੇ ਮੈਡਲ ਜਿੱਤੇ ਪਹਿਲਵਾਨ ਨੇ ਦਿੱਲੀ 'ਚ ਬੈਠੇ ਨੇ, ਔਰ ਉਹਨਾਂ ਦੇ ਜਿਹੜਾ ਉਹਨਾਂ ਚੇਅਰਮੈਨ ਸੀ ਉਹ 15 ਰੁਪਏ ਦਾ ਮੈਡਲ ਦੇ ਕੇ ਉਹਨੂੰ ਚੜਿਆ ਰਿਹਾ, ਕਿੰਨੀ ਮਾੜੀ ਗੱਲ ਹੈ। ਅਤੇ ਜਦੋਂ ਕਿ ਇੱਕ ਮੈਡਲ ਜਿੱਤਣ ਵਾਸਤੇ ਉਹਨਾਂ ਨੇ ਪਤਾ ਨਹੀਂ ਕਿੰਨਾ ਕਿੰਨੇ ਕਿਲੋਮੀਟਰ ਕਿਲੋ ਪਾਣੀ ਵਹਾਇਆ ਹੋਊ ਆਪਣੇ ਸਰੀਰ ਦਾ, ਅਤੇ ਉਸ ਨੂੰ ਜੇਕਰ ਸਰਕਾਰ ਦਾ ਚਾਹੀਦਾ, ਕੇਂਦਰ ਸਰਕਾਰ ਦੀ ਕਿੰਨੀ ਆਲੋਚਨਾ ਹੋ ਰਹੀ ਹੈ। ਸੋ ਖਿਡਾਰੀਏ ਹੋਣ, ਭਾਵੇਂ ਇਸ ਪਿੰਡ ਦੀ ਕੁੜੀ ਹੈ, ਕਿੰਨਾ ਸੀ ਆਪਣਾ ਹਾਂ ਪਰਨੀਤ ਕੌਰ, ਉਹਨੇ ਕਿਤੇ ਬਾਹਰ ਜਾ ਕੇ ਦੇਖੋ ਪਲੈਨ ਜਾ ਕੇ ਉਹਨੇ ਮਤਲਬ ਜਿੱਤਿਆ, ਸਾਡੇ ਅਵਤਾਰ ਸਿੰਘ ਟੀਚਰ ਨੇ ਉਹਨਾਂ ਨੇ ਉਹਨਾਂ ਕਿੰਨੀ ਬੜੀ ਮਿਹਨਤ ਹੈ, ਉਹ ਅਵਤਾਰ ਸਿੰਘ ਨੇ ਆਪਣੀ ਲੜਕੀ ਨੂੰ ਮਾਹੌਲ ਦਿੱਤਾ, ਦੇਖੋ ਅੱਜ ਕਿੱਥੇ ਪਹੁੰਚੀ ਹੈ। ਸੋ ਗੱਲ ਇਹ ਹੁੰਦਾ, ਕਈ ਵਾਰੀ ਜੇ ਫੁੱਲ ਨਾ ਉਹ ਫੁੱਲ ਆਪਣੇ ਆਪ ਹੀ ਖਿੜ ਪੈ ਜਾਂਦੇ ਆ, ਚਿੱਕੜ ਦੇ ਵਿੱਚ ਵੀ ਕਮਲ ਦਾ ਫੁੱਲ ਖਿੜਿਆ ਹੁੰਦਾ, ਕੋਈ ਜੀ ਗੱਲ ਨਹੀਂ ਹੈ। ਸੋ ਗੱਲ ਸਾਰੀਆਂ ਗੱਲਾਂ ਵੀ ਕਾਊਂਟ ਕਰਦੀਆਂ ਨੇ, ਬੱਚੇ ਦੀ ਆਪਦੀ ਹਿੰਮਤ ਵੀ ਕਾਊਂਟ ਕਰਦੀ ਹੁੰਦੀ ਹੈ। ਸੋ ਮੈਂ ਕਹਿੰਦਾ ਬੱਚੇ ਦੀ ਹਿੰਮਤ ਹੈ, ਅੱਜ 10ਵੀਂ ਜਮਾਤ ਦੇ ਵਿੱਚ ਸਾਨੂੰ ਤਾਂ BA BA MA ਕਰਕੇ ਪਤਾ ਲੱਗਿਆ ਜੀ IPS ਹੁੰਦੀ ਹੈ, ਅੱਜ ਬੱਚੀ 10ਵੀਂ ਜਮਾਤ ਨੂੰ ਪਤਾ ਲੱਗਿਆ ਵੀ ਮੈਂ IPS ਕਰਨੀ ਹੈ। ਸੋ ਅੱਛੀ ਗੱਲ ਹੈ। ਚੇਅਰਮੈਨ ਸਾਹਿਬ ਕੀ ਕਹੋਗੇ ਬੇਟੀ ਨੇ ਨਾਮ ਰੋਸ਼ਨ ਕੀਤਾ ਤੁਹਾਡੇ ਏਰੀਏ ਦੀ? ਮੈਂ ਪਹਿਲਾਂ ਤਾਂ ਮੰਡਾੜੀ ਪਿੰਡ ਦੇ ਜਿਹੜੇ ਸਟਾਫ ਆ ਸਾਡਾ, ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ, ਪਿਪੜੀਆਂ ਦੇ ਸਾਰੇ ਪਿੰਡ ਨੂੰ ਵਧਾਈ ਦਿੰਦਾ ਵੀ ਸਾਡੀ ਜਿਹੜੀ ਬੱਚੀ ਹੈ ਉਹ ਪੰਜਾਬ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਔਰ ਪਹਿਲਾਂ ਵੀ ਤੁਸੀਂ ਦੇਖਿਆ ਪੰਜਾਬ ਦੀਆਂ ਮਾਨਸਾ ਦੀਆਂ ਬੇਟੀਆਂ ਨੇ ਪੂਰੇ ਪੰਜਾਬ ਪੂਰੇ ਹਿੰਦੁਸਤਾਨ 'ਚ ਪੂਰੇ ਵਰਲਡ 'ਚ ਜਿਹੜਾ ਮਾਨਸਾ ਦਾ ਮਾਨ ਵਧਾਇਆ, ਇਹਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਵਾਂ। ਸਰ ਕੀ ਕਹੋਗੇ ਤੁਹਾਡੇ ਸਕੂਲ ਦੀ ਬੇਟੀ ਨੇ ਅੱਜ ਜਿਹੜਾ ਪੂਰੇ ਸਕੂਲ ਦਾ ਨਹੀਂ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈਗਾ? ਬਹੁਤ ਖੁਸ਼ੀ ਹੋਈ ਹੈ ਜੀ ਬੇਟੀ ਨੂੰ ਔਰ ਉਹਦੇ ਮਾਪਿਆਂ ਨੂੰ ਵਧਾਈ। ਜਿੱਥੇ ਇਹਦਾ ਸਿਹਰਾ ਬੱਚੀ ਦੀ ਮਿਹਨਤ ਨੂੰ ਜਾਂਦਾ, ਉਹਦੇ ਪੇਰੈਂਟਸ ਦੀ ਮਿਹਨਤ ਨੂੰ ਜਾਂਦਾ, ਪੂਰੇ ਸਟਾਫ ਮੈਂਬਰਸ ਜਿਹੜੇ ਜਿਹਨਾਂ ਸਟਾਫ ਨੇ ਮਿਹਨਤ ਕੀਤੀ ਹੈ, ਇਸ ਕਾਮਯਾਬੀ ਦਾ ਸਿਹਰਾ ਮੈਂ ਸਾਰੇ ਸਟਾਫ ਨੂੰ ਦੇਣਾ ਚਾਹਾਂਗਾ। ਮੈਡਮ ਮਨਿੰਦਰ ਕੌਰ ਉਹਨਾਂ ਦੇ ਇੰਚਾਰਜ ਨੇ ਔਰ ਓਵਰ ਟਾਈਮ ਲਾਇਆ ਸਕੂਲ ਪ੍ਰਿੰਸੀਪਲ ਵੱਧ ਚਾਹੀਦਾ। ਮੈਂ ਤਾਂ ਸਿਰਫ ਗਾਈਡ ਕਰਨ ਵਾਲਾ ਹੁੰਦਾ ਜੀ। ਦੇਖੋ ਇਹਨਾਂ ਨੇ ਪੜ੍ਹਾਇਆ ਬਹੁਤ, ਇਹਨਾਂ ਨੂੰ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦਾ ਮੈਂ ਰਿਜ਼ਲਟ ਦੇਖਿਆ ਕਿ ਤੁਹਾਡੇ ਸਾਹਮਣੇ ਹੈ। ਤੋ ਬਾਕੀ ਮੈਂ ਇਹੀ ਕਹੂੰਗਾ ਕਿ ਸਾਰੇ ਹੋਰ ਵਧੀਆ ਮਿਹਨਤ ਨਾਲ ਪੜ੍ਹਾਉਣ, ਸਾਰੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਰਿਜ਼ਲਟ ਆਵੇ, ਇਹੀ ਮੈਂ ਕਹਿਣਾ ਚਾਹਾਂ। ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਬੇਟੀ ਜੀ? ਸਰਕਾਰ ਤੋਂ ਜਿਵੇਂ ਕਿ ਵੈਸੇ ਤਾਂ ਹੁਣ ਜਿਹੜੇ ਪਹਿਲੀਆਂ 3 ਪਜੀਸ਼ਨਾਂ 'ਤੇ ਬੱਚੇ ਆਏ ਨੇ, 51,000 ਰੁਪਇਆ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਦਿੱਤਾ ਜਾ ਰਿਹਾ। ਇਹਦੇ ਨਾਲ ਹੀ ਮੈਂ ਚਾਹਾਂਗਾ ਕਿ ਕਿਉਂਕਿ ਬੱਚੇ ਟੋਪਰ ਨੇ, ਇਹ IPS ਬਣਨਾ ਚਾਹੁੰਦੀ ਹੈ, ਤਾਂ ਅੱਗੇ ਵਾਸਤੇ ਵੀ ਜੋ ਵੀ ਇਹਦੀ ਹੈਲਪ ਹੋ ਸਕਦੀ ਹੈ ਸਰਕਾਰੀ ਤੌਰ 'ਤੇ ਸਰਕਾਰ ਦੇ ਵੱਲੋਂ, ਉਹ ਇਹਨੂੰ ਜ਼ਰੂਰ ਦਿੱਤੀ ਜਾਵੇ। ਇਹਦੀ ਪੜ੍ਹਾਈ ਦੇ ਵਿੱਚ ਜਿੱਥੋਂ ਤੱਕ ਵੀ ਇਹਦੀ ਪੜ੍ਹਾਈ ਹੈਗੀ ਉਹ ਫ੍ਰੀ ਕੀਤੀ ਜਾਵੇ, ਜਾਂ ਇਹਨੂੰ ਮਾਹੌਲ ਦਿੱਤਾ ਜਾਵੇ ਵਧੀਆ ਕਾਲਜ ਇੰਸਟੀਟਿਊਸ਼ਨ ਜਿਹੜੇ ਹੈਗੇ ਉੱਥੇ ਇਹਨੂੰ ਭੇਜਿਆ ਜਾਵੇ ਬੱਚੀ ਨੂੰ, ਇਹੀ ਮੈਂ ਕਹਿਣਾ ਚਾਹਾਂਗਾ। ਬਿਲਕੁਲ, ਮਾਨਸਾ ਜ਼ਿਲ੍ਹੇ ਦੀ ਬੇਟੀ ਹਰਮਨਦੀਪ ਵੱਲੋਂ ਜਿਹੜਾ 10ਵੀਂ ਦੇ ਨਤੀਜਿਆਂ ਵਿੱਚੋਂ ਬਾਜ਼ੀ ਮਾਰੀ ਗਈ ਆ, ਪੰਜਾਬ ਦੇ ਵਿੱਚੋਂ 3ਰਾ ਸਥਾਨ ਹਾਸਲ ਕਰਕੇ ਇੱਕ ਆਮ ਪਰਿਵਾਰ ਦੀ ਬੇਟੀ ਆ ਹਰਮਨਦੀਪ ਕੌਰ, ਪਿਤਾ ਇਹਨਾਂ ਦੀ ਖੇਤੀ ਕਰਦੇ ਨੇ ਪਰਿਵਾਰ ਵੱਲੋਂ ਦੱਸਿਆ ਗਿਆ, ਅਤੇ ਉੱਥੇ ਉਹਦਾ ਏਮ ਆ ਕਿ ਉਹ ਵੱਡੀ ਅਫਸਰ ਬਣਨਾ ਚਾਹੁੰਦੀ ਆ। ਲੋੜ ਆ ਸਰਕਾਰ ਨੂੰ ਵੀ ਅਜਿਹੇ ਵਿਦਿਆਰਥੀਆਂ ਦੀ ਜਾਂ ਖਿਡਾਰੀਆਂ ਦੀ ਬਾਂਹ ਫੜਨ ਦੀ ਤਾਂ ਕਿ ਉਹ ਆਪਣਾ ਮੁਕਾਮ ਹਾਸਲ ਕਰ ਸਕਣ। ਅਮਰਜੀਤ ਸਿੰਘ, ਪੰਜਾਬ ਤੱਕ, ਮੰਡਾਲੀ, ਮਾਨਸਾ।